सत श्री अकाल दोस्तों, साडा टीवी यूएसए देख रहे दर्शकों का स्वागत है। जिवें कि आपां सबनूं पता है कि किसान अंदोलन सिखरां ते है, दिल्ली के आले दुआले किसान दिल्ली नूं घेर के बैठे हुए हैं ते वड्डियां वड्डियां हस्तियां इस मोर्चे दे विच पहुँच रही हैं ते अपने विचार पेश कर रही हैं। इस दौरान पंजाबी यूनिवर्सिटी के प्रोफेसर मनजीत सिंह भी सिंघू बॉर्डर पहुँचे तो उन्होंने अपने विचार रखे। आओ सुनते हैं मोदी सरकार दी नीतियां बारे उन्होंने की जानकारियां दित्तियां। ਅਸੀਂ ਮੋਦੀ ਤੇ ਮੋਦੀ ਦੀ ਪਾਰਲੀਮੈਂਟ ਤੇ ਚੁਣੇ ਹੋਏ ਲੋਕਾਂ ਨੂੰ ਝੁਕਾ ਸਕਦੇ ਆ, ਉਹਨਾਂ ਨੂੰ ਨਾ ਨਹੀਂ ਯਾਦ ਕਰਾ ਸਕਦੇ ਆ, ਤਾਂ ਸਾਰੇ ਲੋਕ ਇਹ ਰਸਤਾ ਫੜਨਗੇ। ਪੰਜਾਬੀਆਂ ਦੀ ਹਿੰਮਤ ਤੋਂ, ਪੰਜਾਬੀਆਂ ਦੀ ਜੁਰਤ ਤੋਂ, ਏਕੇ ਤੋਂ ਉਹ ਸਿੱਖਣਗੇ ਕਿ ਇਹ ਪਾਏ ਹੋਏ ਰਸਤੇ ਤੇ ਚੱਲ ਕੇ ਅਸੀਂ ਆਪਣੇ ਹੱਥ ਹਕੂਕ ਉਹਨਾਂ ਨੂੰ ਬਚਾ ਸਕਦੇ ਆ। ਔਰ ਇੱਥੋਂ ਦੀ ਜਮਹੂਰੀਅਤ, ਇੱਥੋਂ ਦੇ ਜਿਹੜੀ ਡੈਮੋਕ੍ਰੇਸੀ ਤੇ ਲੋਕਤੰਤਰ ਤੇ ਲੋਕ ਆਵਾਜ਼ ਉਸ ਨੂੰ ਬਚਾ ਸਕਦੇ ਆ। ਇਸ ਲਈ ਮੈਂ ਬਹੁਤੀ ਲੰਬੀ ਗੱਲ ਨਹੀਂ ਕਹੂੰਗਾ, ਇਹੀ ਗੱਲ ਕਹੂੰਗਾ, ਇਹ ਸਵਾਗ ਪੰਜਾਬੀਆਂ ਨੂੰ ਪ੍ਰਾਪਤ ਹੋਣਾ ਸੀ। ਇਹਨਾਂ ਦੀ ਜੁੱਟ ਪੈ ਗਈ ਸੀ ਧਾਰਾ 370 ਹਟਾ ਕੇ। ਕਸ਼ਮੀਰ ਦੇ ਵਿੱਚ ਮੈਂ ਜਾ ਕੇ ਆਇਆ 15 ਦਿਨ ਲਾ ਕੇ ਜਨਵਰੀ 'ਚ, ਕਿ ਉੱਥੇ 5 ਲੱਖ ਫੌਜੀ ਤੇ ਅੱਧ ਫੌਜੀ ਲੋਕਾਂ ਨੂੰ ਘਰਾਂ ਦੇ ਸਾਹਮਣੇ ਬਿਠਾ ਕੇ ਬਾਹਰ ਨਹੀਂ ਨਿਕਲ ਦਿੱਤਾ। ਅਸੀਂ ਉੱਥੇ ਹੀ ਕਹਿਤਾ ਸੀਗਾ ਕਿ ਅਗਲੀ ਵਾਰੀ ਪੰਜਾਬ ਦੀ, ਤੇ ਵਾਰੀ ਆਈ ਤੇ ਪੰਜਾਬ ਨੇ ਜਵਾਬ ਦੇ ਕੇ ਇੱਥੇ ਬੈਠ ਕੇ ਦੱਸ ਦਿੱਤਾ ਕਿ ਇਸ ਏਕੇ ਨੂੰ ਦੁਨੀਆਂ ਦੀ ਵੀ ਕੋਈ ਤਾਕਤ ਰੋਕ ਨਹੀਂ ਸਕਦੀ, ਚੁਕਾ ਨਹੀਂ ਸਕਦੀ। ਸਾਡੀ ਆਵਾਜ਼ ਇੰਗਲੈਂਡ, ਅਮਰੀਕਾ ਔਰ ਤੇਰੇ ਯਾਰ ਟਰੰਪ ਦੇ ਕੰਨੀ ਵੀ ਪੈ ਗਈ ਆ, ਜਿਹਨੂੰ ਤੂੰ ਉੱਥੇ ਜਿਤਾਉ ਗਿਆ ਸੀ ਪਰ ਉਹ ਹਾਰ ਗਿਆ। ਤੇਰਾ ਹਸ਼ਰ ਵੀ ਇਹੋ ਹੀ ਹੋਣ ਵਾਲਾ। ਇਸ ਲਈ ਮੈਂ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਕੋਲੋਂ ਖਿਮਾ ਦਾ ਯਾਦ ਗਿਆ। ਮੈਂ ਆਰਗੇਨਾਈਜ਼ਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹਦਾ ਆਦਰ ਮਾਣ ਬਖਸ਼ਿਆ। ਮੈਂ ਤੁਹਾਡਾ ਵੀ ਬਹੁਤ ਸ਼ੁਕਰ ਗੁਜ਼ਾਰਿਆ ਜਿਨ੍ਹਾਂ ਨੇ ਮੈਨੂੰ ਟਾਈਮ ਦਿੱਤਾ। ਇਸ ਲਈ ਇਕੱਠੇ ਰਹੋ, ਆਤਮ ਬਲ, ਆਤਮ ਭਰੋਸਾ ਭਰੋਸਾ ਬਣਾ ਕੇ ਰੱਖੋ। ਜਿੱਤ ਤੁਹਾਡੀ ਆ, ਤੁਸੀਂ ਜਿੱਤ ਚੁੱਕੇ ਆ। ਤੁਸੀਂ ਸਾਰੀ ਦੁਨੀਆ ਨੂੰ ਲੋਕਤੰਤਰ ਦਾ ਸਵਾਦ ਕੀ ਹੁੰਦਾ ਉਹ ਰਸਤਾ ਦਿਖਾ ਦਿੱਤਾ। ਇਹ ਇਤਿਹਾਸ, ਸਾਰਾ ਇਤਿਹਾਸ ਹੋਣ ਵਾਲੇ ਸਮੇਂ ਚ ਇਹਨਾਂ ਪੰਜਾਬੀ ਹਰਿਆਣੀ ਪੰਜਾਬੀ ਸਾਰੇ ਦੇਸ਼ ਦੇ ਕਿਸਾਨਾਂ ਵੀਰਾਂ ਭੈਣਾਂ ਭਰਾਵਾਂ ਦਾ ਰੀਣੀ ਰਹੂਗਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ।